ਜਿਹੜੇ ਕਹਿੰਦੇ ਸੀ ਨਾ ਭਗਵੰਤ ਮਾਨ ਨੂੰ ਰਾਮ ਮੰਦਿਰ ਬਣੇ ਦੀ ਖੁਸ਼ੀ ਨਹੀਂ ਹੈਗੀ ਅਤੇ ਉਹਨਾਂ ਨੇ ਕੋਈ ਪੋਸਟ ਨਹੀਂ ਸਾਂਝੀ ਕੀਤੀ, ਉਹਨਾਂ ਵਾਸਤੇ ਇੱਕ ਜਵਾਬ ਵਾਲੀ ਵੀਡੀਓ ਅੱਜ ਸੋਸ਼ਲ ਮੀਡੀਆ 'ਤੇ ਬੜੀ ਵਾਇਰਲ ਹੋ ਰਹੀ ਆ। ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਇਹ ਵੀਡੀਓ ਸਾਂਝੀ ਕੀਤੀ ਹੈ ਕਿ ਰਾਮ ਲੱਲਾ ਦੇ ਦਰਸ਼ਨ ਕਰਕੇ ਬੜਾ ਆਨੰਦ ਆਇਆ, ਇਹ ਪੋਸਟ ਸਾਂਝੀ ਕੀਤੀ ਆ। ਵੀਡੀਓ ਦੇਖੋ ਕਿ ਅੱਜ ਅਰਵਿੰਦ ਕੇਜਰੀਵਾਲ ਦੇ ਪਰਿਵਾਰ ਦੇ ਸਹਿਤ ਆਪਣੇ ਪਰਿਵਾਰ ਦੇ ਨਾਲ ਜਿਹੜੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਪੂਰੇ ਪਰਿਵਾਰ ਸਮੇਤ ਅਯੋਧਿਆ ਦੇ ਰਾਮ ਮੰਦਿਰ ਦੇ ਵਿੱਚ ਜਾ ਕੇ ਰਾਮ ਲੱਲਾ ਦੀ ਮੂਰਤੀ ਦੇ ਦਰਸ਼ਨ ਕਰਦੇ ਆ, ਮੱਥਾ ਟੇਕਦੇ ਆ। ਤਸਵੀਰਾਂ ਉੱਥੋਂ ਅਯੋਧਿਆ ਦੇ ਮੰਦਿਰ ਦੀਆਂ ਨੇ ਅਤੇ ਸੋਸ਼ਲ ਮੀਡੀਆ 'ਤੇ ਭਗਵੰਤ ਮਾਨ ਨੇ ਸਾਂਝੀ ਕਰਦੇ ਲਿਖਿਆ ਕਿ ਅੱਜ ਰਾਮ ਲੱਲਾ ਦੇ ਦਰਸ਼ਨ ਕਰਕੇ ਬੜਾ ਆਨੰਦ ਆਇਆ ਅਤੇ ਭਾਈਚਾਰਕ ਸਾਂਝ ਦੀ ਏਕਤਾ ਨੂੰ ਦਰਸਾਉਂਦਾ ਹੋਇਆ ਇਹ ਮੰਦਿਰ ਬਹੁਤ ਸੋਹਣਾ ਬਣਿਆ ਹੋਇਆ। ਤਾਂ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਸਾਹਮਣੇ ਨੇ ਦੋਸਤੋ। ਨਾਲ ਨਾਲ ਵੀਡੀਓ ਚੱਲ ਰਹੀ ਹੈ ਕਿ ਅੱਜ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਆਪਣੇ ਪਰਿਵਾਰ ਦੇ ਸਮੇਤ ਰਾਮ ਮੰਦਿਰ ਦੇ ਦਰਸ਼ਨ ਕਰਨ ਦੇ ਲਈ ਪਹੁੰਚੇ ਨੇ। ਉੱਥੇ ਹੀ ਨਾਲ ਅਰਵਿੰਦ ਕੇਜਰੀਵਾਲ ਨੇ ਜਿਹੜੇ ਮੁੱਖ ਮੰਤਰੀ ਦਿੱਲੀ ਦੇ ਉਹ ਵੀ ਆਪਣੇ ਪਰਿਵਾਰ ਦੇ ਨਾਲ ਇੱਥੇ ਪਹੁੰਚੇ ਨੇ, ਦਰਸ਼ਨ ਕੀਤੇ ਆ। ਤਸਵੀਰਾਂ ਬਹੁਤ ਹੀ ਜ਼ਿਆਦਾ ਸੁੰਦਰ ਨੇ। ਆਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਨਾਲ ਭਗਵੰਤ ਮਾਨ ਅਤੇ ਪਿੱਛੇ ਉਹਨਾਂ ਦੇ ਮਾਤਾ ਜੀ ਅਤੇ ਨਾਲ ਹੀ ਕੇਜਰੀਵਾਲ ਜਿਹੜੇ ਨੇ ਉਹਨਾਂ ਦੇ ਮਾਤਾ ਜੀ ਨਾਲ ਨਾਲ ਜਿਹੜੇ ਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਅਤੇ ਹੱਥ ਫੜ ਕੇ ਆਪਣੀ ਮਾਤਾ ਨੂੰ ਦਰਸ਼ਨ ਕਰਵਾਉਣ ਦੇ ਲਈ ਰਾਮ ਲੱਲਾ ਦੀ ਮੂਰਤੀ ਜਿਹੜੀ ਹੈ ਉਸਦੇ ਦਰਸ਼ਨ ਕੀਤੇ, ਮੱਥਾ ਟੇਕਿਆ ਅਤੇ ਮਾਹੌਲ ਬੜਾ ਕਹਿ ਸਕਦੇ ਹਾਂ ਵੀ ਪਿਆਰ ਭਗਤੀ ਵਾਲਾ ਹੋ ਜਾਂਦਾ। ਅਤੇ ਜਿਹੜੇ ਲੋਕ ਕਹਿੰਦੇ ਸੀ ਕਿ ਭਗਵੰਤ ਮਾਨ ਨੂੰ ਫਰਕ ਨਹੀਂ ਪਿਆ ਕਿ ਰਾਮ ਮੰਦਿਰ ਬਣਿਆ, ਨਾ ਕੋਈ ਪੋਸਟ ਪਾਈ ਹੈ, ਮੁੱਖ ਮੰਤਰੀ ਨੇ ਪੰਜਾਬ ਦੇ ਉਹਨਾਂ ਨੂੰ ਪੋਸਟ ਪਾਉਣੀ ਚਾਹੀਦੀ ਸੀ ਅਤੇ ਅੱਜ ਮੰਦਿਰ ਜਾ ਕੇ ਜਦੋਂ ਦਰਸ਼ਨ ਕੀਤੇ ਤਾਂ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਵੀਡੀਓ ਵੀ ਸਾਂਝੀ ਕੀਤੀ ਹੈ। ਤੁਸੀਂ ਆਪਣੀ ਰਾਏ ਜ਼ਰੂਰ ਕਮੈਂਟਾਂ ਦੇ ਵਿੱਚ ਸਾਂਝੀ ਕਰਿਓ ਦੋਸਤੋ, ਕਿਵੇਂ ਲੱਗੀ ਤੁਹਾਨੂੰ ਇਹ ਵੀਡੀਓ, ਹੈ ਨਾ, ਕਿਉਂਕਿ ਜਿਹੜੇ ਲੋਕ ਬੋਲਦੇ ਸੀ ਕਿ ਭਗਵੰਤ ਮਾਨ ਜਿਹੜਾ ਰਾਮ ਮੰਦਿਰ ਦੀ ਖੁਸ਼ੀ ਨਹੀਂ ਮਨਾ ਰਿਹਾ, ਤਾਂ ਉਸ 'ਤੇ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਕੀ ਕਹੋਗੇ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤਾਂ ਜੋ ਉਹਨਾਂ ਲੋਕਾਂ ਨੂੰ ਜਵਾਬ ਮਿਲ ਸਕੇ ਜਿਹੜੇ ਕਹਿੰਦੇ ਸੀ ਕਿ ਰਾਮ ਮੰਦਿਰ ਦੀ ਖੁਸ਼ੀ ਬਹੁਤ ਘੱਟ ਲੋਕਾਂ ਨੂੰ ਹੋਈ ਆ। ਹਰ ਇੱਕ ਬੰਦੇ ਨੇ ਖੁਸ਼ੀ ਮਨਾਈ ਆ ਰਾਮ ਮੰਦਿਰ ਦੀ, ਕਿਉਂਕਿ ਰਾਮ ਮੰਦਿਰ ਬਣਿਆ ਵੀ ਸੋਹਣਾ ਹੈ ਅਤੇ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਸਮਾਗਮ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨਹੀਂ ਪਹੁੰਚ ਸਕੇ, ਤਾਂ ਅੱਜ ਉਹਨਾਂ ਨੇ ਆਪਣੇ ਪਰਿਵਾਰ ਸਮੇਤ ਪਹੁੰਚ ਕੇ ਰਾਮ ਲੱਲਾ ਦੀ ਮੂਰਤੀ ਦੇ ਦਰਸ਼ਨ ਕੀਤੇ ਆ, ਅਯੋਧਿਆ ਦੇ ਇਸ ਰਾਮ ਮੰਦਿਰ ਦਾ ਦੌਰਾ ਕੀਤਾ। ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਪੂਰੇ ਪਰਿਵਾਰ ਦੇ ਨਾਲ ਪਹੁੰਚਿਆ ਭਗਵੰਤ ਮਾਨ ਅਤੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ। ਤਾਂ ਜਿਹੜੇ ਕਹਿੰਦੇ ਸੀ ਉਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹਨ ਅਤੇ ਕਮੈਂਟਾਂ 'ਚ ਆਪਦੀ ਰਾਏ ਜ਼ਰੂਰ ਦੇਣ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਅਤੇ ਕਿਵੇਂ ਲੱਗਿਆ ਉਹ ਫੈਸਲਾ ਕਿ ਜਿਵੇਂ ਭਗਵੰਤ ਮਾਨ ਨੂੰ ਜਿਹੜੇ ਕਹਿੰਦੇ ਸੀ ਕਿ ਉਹਨਾਂ ਨੇ ਰਾਮ ਮੰਦਿਰ ਨਹੀਂ ਦੇਖਿਆ ਜਾਂ ਉਸਦੀ ਖੁਸ਼ੀ ਨਹੀਂ ਮਨਾਈ, ਅੱਜ ਪੂਰਾ ਪਰਿਵਾਰ ਕੇਜਰੀਵਾਲ ਦੇ ਪਰਿਵਾਰ ਦੇ ਨਾਲ ਪਹੁੰਚਿਆ ਅਤੇ ਦਰਸ਼ਨ ਕੀਤੇ ਆ। ਤਾਂ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਕਰਿਓ ਸਾਂਝੀ। ਧੰਨਵਾਦ।